ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ। ਆਮ ਲੋਕਾਂ ਨੂੰ ਲੱਗੇਗਾ ਇੱਕ ਹੋਰ ਵੱਡਾ ਝਟਕਾ, ਗੈਸ ਨੇ ਚੀਜ਼ਾਂ ਹੋਣਗੀਆਂ ਹੋਰ ਮਹਿੰਗੀਆਂ। ਤਾਜ਼ਾ ਵੱਡੀ ਖਬਰ, ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ। ਅਤੇ ਜਿਨ੍ਹਾਂ ਨੇ ਆਨਲਾਈਨ ਸ਼ੋਪਿੰਗ ਕਰਨੀ ਹੈ, ਲਿੰਕ ਡਿਸਕ੍ਰਿਪਸ਼ਨ 'ਚ ਉੱਥੇ ਜਾ ਕੇ ਤੁਸੀਂ ਆਨਲਾਈਨ ਸ਼ੋਪਿੰਗ ਕਰ ਸਕਦੇ ਹਾਂ। ਆਮ ਆਦਮੀ ਨੂੰ ਅਗਲੇ ਮਹੀਨੇ ਤੋਂ ਵੱਡਾ ਝਟਕਾ ਲੱਗਣ ਵਾਲਾ ਹੈ ਤਿਉਹਾਰਾਂ ਦੇ ਮੌਸਮ ਵਿੱਚ ਮਹਿੰਗਾਈ। ਆਮ ਆਦਮੀ ਦੀ ਜੇਬ 'ਤੇ ਬੋਝ ਪੈਣ ਵਾਲਾ ਹੈ। ਦਰਅਸਲ ਅਕਤੂਬਰ ਤੋਂ ਗੈਸ ਦੀਆਂ ਕੀਮਤਾਂ 'ਚ 70% ਵੱਧ ਤੱਕ ਵੱਧ ਸਕਦੀਆਂ ਨੇ। ਗੈਸ ਦੀ ਕੀਮਤ ਵਧਣ ਕਾਰਨ ਖਾਣਾ ਪਕਾਉਣ ਅਤੇ ਗੱਡੀ ਚਲਾਉਣ ਮਹਿੰਗਾ ਹੋ ਸਕਦਾ ਹੈ। ਸਰਕਾਰ 1 ਅਕਤੂਬਰ ਤੋਂ ਘਰੇਲੂ ਗੈਸ ਦੀਆਂ ਨਵੀਆਂ ਕੀਮਤਾਂ ਤੈਅ ਕਰੇਗੀ। ਅਜਿਹੀ ਸਥਿਤੀ ਵਿੱਚ ਘਰਾਂ ਵਿੱਚ ਖਾਣਾ ਪਕਾਉਣ ਲਈ ਵਰਤੇ ਜਾਣ ਵਾਲੀ ਪਾਈਪਡ ਨੈਚੁਰਲ ਗੈਸ ਅਤੇ ਆਟੋ ਫਿਊਲ ਦੇ ਤੌਰ 'ਤੇ ਵਰਤੇ ਜਾਣ ਵਾਲੇ CNG ਦੀਆਂ ਕੀਮਤਾਂ ਵੱਧ ਜਾਣਗੀਆਂ। ਤੁਹਾਨੂੰ ਦੱਸ ਦਈਏ ਕਿ ਨਵੀਂ ਘਰੇਲੂ ਗੈਸ ਨੀਤੀ 2014 ਦੇ ਤਹਿਤ ਕੁਦਰਤੀ ਗੈਸ ਦੀਆਂ ਕੀਮਤਾਂ ਹਰ 6 ਮਹੀਨੇ ਬਾਅਦ ਨਿਰਧਾਰਿਤ ਕੀਤੀਆਂ ਜਾਂਦੀਆਂ ਨੇ। ਇਹ ਫਾਰਮੂਲਾ ਵਿਦੇਸ਼ੀ ਕੀਮਤਾਂ ਦੇ ਆਧਾਰਿਤ ਹੈ। ਅਕਤੂਬਰ ਤੋਂ ਬਾਅਦ ਅਪ੍ਰੈਲ 2022 ਵਿੱਚ ਗੈਸ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋਣ ਦੀ ਉਮੀਦ ਹੈ। ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦਾ ਲਾਭ ONGC, ਗੇਲ ਅਤੇ ਆਲ ਇੰਡੀਆ ਨੂੰ ਮਿਲੇਗਾ। ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੀਆਂ ਖਬਰਾਂ ਕਾਰਨ ONGC, ਗੇਲ ਅਤੇ ਆਲ ਇੰਡੀਆ ਦੇ ਸ਼ੇਅਰਾਂ ਨੇ ਵਪਾਰ ਦੌਰਾਨ ਵਾਧਾ ਕੀਤਾ ਹੈ। ONGC 2.56%, ਗੇਲ 1.93%, ਆਇਲ ਇੰਡੀਆ 1.43% ਵਧਿਆ ਹੈ। ਖਬਰ ਉਲਾਸਕ ਦੇਖ